ਭਾਈ ਕੋਈ ਗੱਲ ਨਹੀਂ ਐਡਰੈਸ ਰੌਲਾ ਚੱਲਦਾ ਸੀ ਦੇਖ ਕੇ ਇੱਧਰ ਨੂੰ ਆ ਗਏ ਰੌਲਾ ਵੱਧ ਗਿਆ ਉਸ ਤੋਂ ਬਾਅਦ ਜਿਨ੍ਹਾਂ ਦਾ ਰੌਲਾ ਸੀ ਉਹ ਲੰਘ ਗਏ ਦੂਜੇ ਤੁਹਾਨੂੰ ਪਤਾ ਬਾਅਦ ਚੋਂ ਆਮ ਜਨਤਾ ਨੂੰ ਫੜ ਲੈਂਦੇ ਆ ਉਹ ਕੰਮ ਹੋਇਆ ਹੋਰ ਕੁਛ ਨਹੀਂ ਨਹੀਂ ਭਾਈ ਮੈਂ ਗਰਾਊਂਡ ਆਉਂਦਾ ਜਿੰਮਾ ਬੰਦ ਨੇ ਇਸ ਕਰਕੇ ਮੈਂ ਗਰਾਊਂਡ ਆਉਂਦਾ ਸੀ ਅੱਜ ਮੈਂ ਜੂਸ ਪੀ ਕੇ ਜਾਣ ਲੱਗਿਆ ਸੀ ਰੌਲਾ ਚੱਲ ਰਿਹਾ ਸੀ ਸਾਨੂੰ ਰਹਿਣ ਵਾਲੇ ਕਿੱਥੇ ਨੇ ਭਾਈ ਅਸੀਂ ਦੌਣ ਦੇ ਰਹਿਣਾ ਨੇ ਚਲ ਤੁਹਾਡੇ ਐਲੀਗੇਸ਼ਨ ਲੱਗੇ ਪਰ ਤੁਹਾਡੀ ਕਹਿੰਦੇ ਵੀਡੀਓ ਬਾਜ਼ਾਰ ਨੂੰ ਨੇ ਦੋਸ਼ ਲਾਇਆ ਤੁਹਾਡੀ ਵੀਡੀਓ ਆਈ ਹੈ ਵਿੱਚ ਵੀਡੀਓ ਦਿਖਾ ਦੇਣ ਮੈਂ ਮੰਨ ਲਾਂਗਾ ਜੋ ਮੈਨੂੰ ਕਹਿਣਗੇ ਮੈਂ ਸੌਰੀ ਕਹਿਣਗੇ ਸੌਰੀ ਮੰਗ ਲਾਂਗਾ ਪਰ ਮੈਂ ਗਲੇ ਨੂੰ ਹੱਥ ਨਹੀਂ ਪਾਇਆ ਬਾਕੀ ਪਤਾ ਨਹੀਂ ਕਿਉਂ ਕਹਿ ਰਹੇ ਨੇ ਆ ਕਾਹਤੋਂ ਕਹਿ ਰਹੇ ਨੇ ਦੇਖੋ ਇਹ ਗੱਲ ਸਰ ਬਾਜ਼ਾਰ ਦਾ ਕਹਿਣਾ ਵੀ ਤੁਹਾਡੀ ਅੱਜ ਪੰਜਾਬੀ ਯੂਨੀਵਰਸਿਟੀ ਦੇ ਸਕਿਉਰਿਟੀ ਇੰਚਾਰਜ ਵੱਲੋਂ ਸਾਨੂੰ ਇਤਲਾਹ ਮਿਲੀ ਸੀ ਕਿ ਇੱਥੇ ਕੋਈ ਜਿੰਨਾ ਵੀ ਕਲੈਸ਼ ਹੋਇਆ ਤਾਂ ਉਸ 'ਤੇ ਪਹੁੰਚ ਕੇ ਅਸੀਂ ਪ੍ਰਾਈਮਾ ਫੇਸ ਗਏ ਸਾਰੀ ਗੱਲ ਸੁਣੀ ਹੈ ਇਹਨਾਂ ਦੀ ਕੁਛ ਮੁੰਡੇ ਇੱਥੇ ਗਲਤ ਹਰਕਤਾਂ ਕਰ ਰਹੇ ਸੀਗੇ ਉਹਨਾਂ ਨੂੰ ਇੱਥੇ ਦੇ ਸਟੂਡੈਂਟਸ ਨੇ ਫੜ ਲਿਆ ਸੀਗਾ ਅਤੇ ਕੁਛ ਬੰਦੇ ਇਹਨਾਂ 'ਚੋਂ ਜ਼ਖਮੀ ਵੀ ਹੋਏ ਨੇ ਔਰ ਜਿੰਦਰਾ ਹਸਪਤਾਲ ਵਿਖੇ ਦਾਖਲ ਹੋਏ ਨੇ ਉਹਨਾਂ ਦਾ ਬਿਆਨ ਦੇ ਕੇ ਅਸੀਂ ਜਿਹੜੇ ਜ਼ਖਮੀ ਨੇ ਉਹਨਾਂ ਦੇ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਤੇ ਅੱਗੇ ਦੀ ਕਾਰਵਾਈ ਆ ਰਹੇ ਨੇ ਸ਼ਰਾਬ ਵੀ ਫੜੀ ਗਈ ਸੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਉਹਨੂੰ ਵੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਕਿ ਆਊਟਸਾਈਡਰ ਆਉਂਦੇ ਨੇ ਅਤੇ ਹਮਲਾ ਕਰਕੇ ਚਲੇ ਜਾਂਦੇ ਨੇ ਸ਼ਰਾਬ ਆ ਜਾਂਦੀ ਯੂਨੀਵਰਸਿਟੀ 'ਚ ਇਹ ਵੀ ਪੁਲਿਸ ਤਫਤੀਸ਼ ਕਰੂਗੀ ਦੇਖੋ ਜੀ ਉਹਦਾ ਮੁਕੱਦਮਾ ਦਰਜ ਹੈ ਐਕਸਾਈਜ਼ ਐਕਟ ਦੇ ਅਧੀਨ ਜੀ ਅਤੇ ਉਹਦੇ ਅੰਡਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਇਸ ਮੈਟਰ 'ਚ ਵੀ ਇਨਵੈਸਟੀਗੇਸ਼ਨ ਹੋਊਗੀ ਜੀ ਬਾਕੀ ਜਿਹੜਾ ਯੂਨੀਵਰਸਿਟੀ ਦਾ ਆਪਣਾ ਐਡਮਿਨਿਸਟ੍ਰੇਟਿਵ ਹੈ ਉਹ ਯੂਨੀਵਰਸਿਟੀ ਕਰ ਰਹੀ ਹੈ ਦੇਖੋ ਜੀ ਪੰਜ ਬੰਦਿਆਂ ਦਾ ਸਾਨੂੰ ਪਤਾ ਲੱਗਿਆ ਬਾਕੀ ਉੱਥੇ ਪਹੁੰਚ ਕੇ ਪਤਾ ਲੱਗਿਆ ਦੱਸਿਆ ਗਿਆ ਜੋ ਸਾਨੂੰ ਦੱਸਿਆ ਗਿਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਸਾਡੇ ਕੋਲੇ ਇਸ ਸੂਰਮੇ ਦੀ ਵੀਡੀਓ ਪਈ ਹੈ ਜਿਹਦੇ ਵਿੱਚ ਸੂਰਮੇ ਨੇ ਪਛਾਣ ਕੱਢ ਲਓ ਕੁੜੀ ਦੇ ਗਲਾਵੇਂ ਦੇ ਵਿੱਚ ਹੱਥ ਪਾਇਆ ਉਹਦਾ ਸਾਹ ਰੁਕ ਗਿਆ ਤੇ ਉਹ ਕੁੜੀ ਹਸਪਤਾਲ ਦੇ ਵਿੱਚ ਹੈ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਚੱਪਣੀ ਦੇ ਵਿੱਚ ਨੱਕ ਡਬੋ ਕੇ ਜਿਹੜਾ ਮਰ ਜਾਣਾ ਚਾਹੀਦਾ ਜਿਹੜੇ ਲੋਕ ਘਟਨਾਵਾਂ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਯੂਨੀਵਰਸਿਟੀ ਦੇ ਵਿੱਚ ਕੱਲ ਦੀ ਘਟਨਾ ਤੇ ਅੱਜ ਦੁਬਾਰਾ ਹੋਇਆ ਨੌ ਸਾਡੇ ਸਾਥੀਆਂ ਦੇ ਸੱਟਾਂ ਲੱਗੀਆਂ ਨੇ ਸਿਰ ਪਾਟੇ ਨੇ ਟਾਂਕੇ ਲੱਗੇ ਨੇ ਅਮੋਲਕ ਬੈਠਾ ਬੈਠਾ ਬੇਹੋਸ਼ ਹੋਇਆ ਮੇਰੇ ਸਾਹਮਣੇ ਅੱਖਾਂ ਦੇ ਬੇਹੋਸ਼ ਹੋਇਆ ਮੇਰੀ ਕਮੀਜ਼ ਪਾਟੀ ਹੈ ਅਵਰਿੰਦਰ ਦੀ ਕਮੀਜ਼ ਪਾਟੀ ਹੈ ਖੂਨਾ ਜਿਹੜਾ ਸਿਰ ਹੈ ਸਿਰ ਪਾਟੇ ਨੇ ਖੂਨ ਤਟੀੜੀਆਂ ਨੂੰ ਵਹਿੰਦਾ ਸੀਗਾ ਤੇ ਇਹ ਸਾਰਾ ਕੁਝ ਹੈ ਜਿਹੜਾ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਕੈਪਟਨ ਵਿੱਚ ਓਏ ਕੀ ਕੰਮ ਸਿਕਿਉਰਿਟੀ ਗਾਰਡ ਵਿੱਚ ਖੜੀ ਕਿਉਂ ਕੀ ਕੰਮ ਕਰ ਰਹੀ ਹੈ ਭਾਈ ਨਾ ਮੈਂ ਦੱਸਦਾ ਇੱਕ ਮਿੰਟ ਕੀ ਕੀ ਗੁਲਾਮ ਆਪ ਓਏ ਐਟੋ ਬੱਕਾ ਯਾਰ ਭਾਈ ਨੂੰ ਇੱਕ ਮਿੰਟ ਹੁਣ ਭਾਈ ਦੱਸੋ ਬਸ ਸੁਣਿਆ ਸਰਕਾਰ ਕੀ ਕੰਮ ਕਰ ਰਹੀ ਹੈ ਸਾਰਾ ਕੁਝ ਹਾਂ 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 ਪੱਤਰਕਾਰ ਨੂੰ ਪੁੱਛਣ ਦੇ ਭਾਜੀ ਇੱਕ ਮਿੰਟ ਕੀ ਕੰਮ ਭਾਈ ਜੀ ਕੁਛ ਪੱਤਰਕਾਰ ਪੁੱਛ ਇੱਕ ਮਿੰਟ ਖੜ ਜਾ ਆ ਲਾ ਯਾਰ ਮੂਰੇ ਨਾ ਅੰਗਰੇਜ਼ ਕੀ ਗੱਲ ਹੈ ਤੁਹਾਡੀ ਉਰੇ ਤੋਂ ਇੱਕ ਮਿੰਟ ਨੋਨੂ ਮੇਰੇ ਨਾਲ ਦਾ ਮੁੰਡਾ ਸੀ ਉਹਨੂੰ ਛਡਾਉਣ ਲੈ ਆਈਡੀ ਦੇ ਕੁੜੀ ਨੇ ਆ ਕੇ ਲਾ 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 ਤੂੰ ਕਰਦੇ ਨਿਊਜ਼ ਏਡੀ ਨਹੀਂ ਕਰਨ ਕੀ ਐਸੀ ਕਰਦੀਆਂ ਐਸੀ ਇੱਕ ਮਿੰਟ ਸਾਈਡ ਨੀਚੇ ਕਰਦੇ ਹੋ ਰਹੀ ਹੈ ਬਾਈਟ ਜਦੋਂ